ਹਾਂਜੀ ਵੈਲਕਮ ਟੂ ਮਾਈ ਚੈਨਲ ਜੋਬ ਅਲਰਟਸ ਬਾਇ ਰਜਿਤ ਤੇ ਉਹਨਾਂ ਨਾਲ ਨਿੱਕੀ ਮੋਡੀ ਭਾਰਤੀ ਅਪਡੇਟ ਵਰਸ ਜੀ ਮੇਰੀ YouTube ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਅੱਜ ਲਈ ਜੀ ਨਵੀਂ ਭਾਰਤੀ ਹੈ ਜੀ ਇਹ ਪ੍ਰਾਈਵੇਟ ਭਾਰਤੀ ਹੈਗੀ ਜ਼ਿਲ੍ਹਾ ਸੰਗਰੂਰ ਵਿੱਚ ਜਿਹੜੀ ਭਾਰਤੀ ਨਿਕਲੀ ਗਈ ਹੈਗੀ ਇਹਦੇ ਵਿੱਚ ਚਾਰ ਪ੍ਰਕਾਰ ਦੀ ਵੈਕੈਂਸੀਜ਼ ਨੇ ਹੈਗੀ ਹੈ ਇਹਦੇ ਦੀ ਪੇ ਵਗੈਰਾ ਸੈਲਵਗੈਰਾ ਸਾਰਾ ਕੁਝ ਇਹਨਾਂ ਨੇ ਮੈਚ ਕੀਤਾ ਹੋਇਆ ਹੈਗਾ ਤੇ ਸਕੂਲ ਸੰਗਰੂਰ ਦੇ ਜਿਹੜੇ ਅਵੇਲੇਬਲ ਨੇੜੇ ਦੇ ਜਿਹੜੇ ਜਿਹੜੇ ਵੀ ਕੈਂਡੀਡੇਟ ਹੈਗੇ ਨੇ ਉੱਥੇ ਜਾ ਕੇ ਅਪਲਾਈ ਕਰ ਸਕਦੇ ਨੇ ਹੈਗੇ ਜੇਕਰ ਗੱਲ ਕਰ ਲਈਏ ਆਪਾਂ ਸੈਲਰੀ ਵਗੈਰਾ ਬਾਰੇ ਤਾਂ ਸੈਲਰੀ ਕੁਝ ਇਸ ਪ੍ਰਕਾਰ ਹੈ ਜੀ ਜਿਹੜੀ ਪਹਿਲੀ ਪੋਸਟ ਹੈ ਜੀ ਆਇਲਸ ਦੀ ਪੀਟੀਈ ਟ੍ਰੇਨਰ ਜਿਹੜੀ ਪੋਸਟ ਹੈਗੀ ਇਹ ਜਿਹੜੀ ਸੈਲਰੀ ਹੈ 10 ਤੋਂ ਲੈ ਕੇ 20000 ਤੱਕ ਰੱਖੀ ਗਈ ਹੈਗੀ ਤੇ ਦੂਜੀ ਵਾਰ ਜਿਹੜੀ ਸੈਕੰਡ ਪੋਸਟ ਹੈਗੀ ਉਹ ਦੂਜਾ ਦਾ ਕਾਉਂਸਲਰ ਦੀ ਪੋਸਟ ਹੈ ਜੀ ਇਹਦੀ ਵੀ ਸੈਲਰੀ ਸੇਮ ਹੀ ਹੈ 10 ਤੋਂ ਲੈ ਕੇ 20000 ਤੱਕ ਦੀ ਸੈਲਰੀ ਨੇ ਰੱਖੀ ਗਈ ਹੈਗੀ ਤੇ ਜੇਕਰ ਗੱਲ ਕਰ ਲਈਏ ਆਪਾਂ ਅਗਲੀ ਦੋ ਵੈਕੈਂਸੀਜ਼ ਬਾਰੇ ਤਾਂ ਦੋ ਵੈਕੈਂਸੀਜ਼ ਕੁਝ ਇਸ ਪ੍ਰਕਾਰ ਨੇ ਜੀ ਰਿਸ਼ ਆਫਟਨ ਜਿਹੜੀ ਹੈਗੀ ਪੋਸਟ ਹੈਗੀ ਇਹ ਇਹ ਜਿਹੜੀ ਸੈਲਰੀ ਇਹਨੇ ਰੱਖੀ ਹੈਗੀ ਇਹਦੀ ਜਿਹੜੀ ਸੈਲਰੀ ਹੈਗੀ 8000 ਤੋਂ ਲੈ ਕੇ 12000 ਤੱਕ ਦੀ ਇਹਦੀ ਸੈਲਰੀ ਰੱਖੀ ਗਈ ਹੈ ਦੀ ਤੇ ਜਿਹੜੀ ਇਹਦੀ ਅਗਲੀ ਪੋਸਟ ਆਈ ਉਹ ਟੈਲੀ ਕਾਲਰ ਦੀ ਪੋਸਟ 8000 ਤੋਂ ਲੈ ਕੇ 10000 ਤੱਕ ਦੀ ਇਹਦੀ ਪੋਸਟ ਹੋ ਹੈਗੀ ਸੈਲਰੀ ਤੇ ਜੇਕਰ ਗੱਲ ਕਰ ਲਈਏ ਪੈਕਸਪੀਰੀਅੰਸ ਦੀ ਤੁਹਾਡੇ ਕੋਲ ਥੋੜਾ ਮੋਟਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਤੇ ਜਿਹੜੀ ਬਾਕੀ ਦੀ ਇਨਫੋਰਮੇਸ਼ਨ ਹੈ ਜੀ ਉਹ ਤੁਹਾਨੂੰ ਇਹਨਾਂ ਨੂੰ ਕਾਲ ਕਰਕੇ ਮਿਲੇਗੀ ਇਹਨਾਂ ਦੇ ਜਿਹੜੀ ਕਾਲ ਦਾ ਨੰਬਰ ਵਗੈਰਾ ਜਿਹੜਾ ਮੈਂ ਦਿੱਤਾ ਉਹ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਵੀ ਦਿੱਤਾ ਹੈਗਾ ਤੁਸੀਂ ਜਾ ਕੇ ਇਹਨਾਂ ਨਾਲ ਆਨਲਾਈਨ ਨਿੱਕੀ ਮੋੜੀ ਭਾਰਤੀ ਅਪਡੇਟ ਵਾਸਤੇ ਤੁਸੀਂ ਮੇਰੇ YouTube ਚੈਨਲ ਸਬਸਕ੍ਰਾਈਬ ਕਰ ਲਈ ਲੋਕਲ ਗਵਰਨਮੈਂਟ ਅਤੇ ਪ੍ਰਾਈਵੇਟ ਜੋਬ ਵਾਸਤੇ ਮੇਰੇ YouTube ਚੈਨਲ ਦੇ ਬੈਲ ਆਈਕਨ ਨੂੰ ਵੀ ਦਬਾ ਕੇ ਰੱਖੋ ਧੰਨਵਾਦ ਜੀ